ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਆ? ਅੱਜ ਆਪਾਂ ਸਵੇਰੇ ਵਲੋਗ ਬਣਾਉਣ ਦੀ ਕੋਸ਼ਿਸ਼ ਕੀਤੀ, ਬਟ ਥੋੜ੍ਹਾ ਸ਼ਡਿਊਲ ਬਿਜ਼ੀ ਸੀ, ਉਹਦੇ ਕਰਕੇ ਆਪਾਂ ਵੀਡੀਓ ਵਗੈਰਾ ਅਪਲੋਡ ਨਹੀਂ ਕਰ ਸਕੇ। ਅੱਜ ਵਿਸਾਖੀ ਦਾ ਦਿਹਾੜਾ ਹੈ ਤਾਂ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਲੋਕ ਬਹੁਤ ਧੂਮਧਾਮ ਨਾਲ ਵਿਸਾਖੀ ਦਾ ਦਿਹਾੜਾ ਜਿਹੜਾ ਮਨਾ ਰਹੇ ਆ, ਅਤੇ ਕਾਫੀ ਸੰਗਤਾਂ ਜਿਹੜੀਆਂ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਵਗੈਰਾ ਟੇਕ ਕੇ ਆਈਆਂ ਅਤੇ ਜਾ ਰਹੀਆਂ। ਅਤੇ ਮੇਰੇ ਵੱਲੋਂ ਆਪਣੇ ਚੈਨਲ ਭੰਗੂ ਕ੍ਰਿਕਟ ਵੱਲੋਂ ਸਾਰੇ ਜਿੰਨੇ ਵੀ ਸਾਡੇ ਚੈਨਲ ਦੇ ਨਾਲ ਜੁੜੇ ਆ ਜਾਂ ਹੋਰ ਵੀ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ ਸਾਰੀਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ। ਅਤੇ ਇੱਕ ਤੋਂ ਟੋਪਿਕ ਸੀਗੇ ਆਪਾਂ ਗੱਲਾਂ ਕਰਨੀਆਂ ਸੀ ਉਹਦੇ ਉੱਪਰ। ਇੱਕ ਤਾਂ IPL ਦਾ ਮੈਚ IPL ਚੱਲ ਰਿਹਾ ਅਤੇ ਹੁਣ ਥੋੜ੍ਹਾ ਜਿਹਾ ਕਾਫੀ ਰੋਮਾਂਚਕ ਮੁਕਾਬਲੇ ਹੋਣੇ ਸ਼ੁਰੂ ਹੋਏ ਆ। ਜਿਵੇਂ ਰਾਤ ਬਹੁਤ ਹੀ ਰੋਮਾਂਚਕ ਮੁਕਾਬਲਾ ਹੋਇਆ ਮੁੰਬਈ ਇੰਡੀਅਨ ਵਰਸਿਸ ਪੰਜਾਬ ਕਿੰਗ। ਪੰਜਾਬ ਕਿੰਗ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 199 ਸਕੋਰ ਦਾ ਟਾਰਗੇਟ ਦਿੱਤਾ ਸੀ ਅਤੇ ਮੁੰਬਈ ਇੰਡੀਅਨ ਇਸ ਮੈਚ ਦੇ ਵਿੱਚ ਮੈਚ ਲੂਜ਼ ਕਰ ਗਈ ਹੈ। ਅਤੇ ਮੁੰਬਈ ਇੰਡੀਅਨ ਤੇ ਕਾਫੀ ਵਧੀਆ ਸ਼ੁਰੂਆਤ ਕੀਤੀ ਸੀ, ਬਟ ਅਨਫੋਰਚੁਨੇਟ ਸੂਰਿਆ ਕੁਮਾਰ ਯਾਦਵ ਦੇ ਆਊਟ ਹੋਣ ਤੋਂ ਬਾਅਦ ਮੁੰਬਈ ਇੰਡੀਅਨ ਨੇ ਮੈਚ ਲੂਜ਼ ਕਰ ਗਈ, ਕਿਉਂਕਿ ਮੁੰਬਈ ਇੰਡੀਅਨ ਦੇ ਕੋਲ ਇਸ ਵਾਰ ਬੈਂਚ ਸਟੈਂਥ 'ਚ ਇੰਨੀ ਕੋਈ ਸਟਰੋਂਗ ਨਹੀਂ ਹੈਗੀ ਅਤੇ ਬੱਲੇਬਾਜ਼ੀ ਵੀ ਕੋਈ ਇੰਨੀ ਸਟਰੋਂਗ ਨਹੀਂ। ਕੱਲ੍ਹ ਤਕਰੀਬਨ 6 ਬੈਟਸਮੈਨ ਸੀ ਅਤੇ ਕੈਰਨ ਪੋਲਰ ਜਿਹੜੇ ਆ ਉਹ ਰਨ ਆਊਟ ਹੋ ਗਏ। ਉਸ ਤੋਂ ਬਾਅਦ ਤਕਰੀਬਨ ਬਾਅਦ ਵਿੱਚ ਟੇਲ ਐਂਡਰ ਸ਼ੁਰੂ ਹੋ ਗਿਆ ਸੀ ਬੋਲਰਾਂ ਤੋਂ, ਆਪਾਂ ਆਸ ਨਹੀਂ ਕਰ ਸਕਦੇ ਵੀ ਉਹ ਬੱਲੇਬਾਜ਼ੀ ਵਧੀਆ ਕਰਕੇ ਤਾਂ ਮੈਚ ਜਿਤਾਉਣ। ਅਤੇ ਲਗਾਤਾਰ ਮੁੰਬਈ ਇੰਡੀਅਨ ਦੀ ਇਸ IPL ਦੇ ਵਿੱਚ 5ਵੀਂ ਹਾਰ ਆ ਅਤੇ ਹੁਣ ਤਕਰੀਬਨ ਉਹਨਾਂ ਦੇ 9 ਮੁਕਾਬਲੇ ਹੋਰ ਬਾਕੀ ਰਹਿੰਦੇ ਆ। ਜੇ 9 ਮੁਕਾਬਲੇ ਅਗਲੇ ਸਾਰੇ ਉਹਨਾਂ ਨੂੰ ਬਹੁਤ ਕ੍ਰੂਸ਼ਲ ਹੋਣੇ ਆ, ਕਿਉਂਕਿ ਉਹ ਸਾਰੇ ਮੈਚ ਤਕਰੀਬਨ ਉਹਨਾਂ ਨੂੰ ਜਿੱਤਣੇ ਪੈਣੇ ਆ। ਇੱਕ ਅੱਧਾ ਮੈਚ ਭਾਵਾਂ ਹਾਰ ਵੀ ਜਾਣ, ਬਟ ਸਾਰੇ ਮੈਚ ਜਿਹੜੇ ਆ, ਕਿਉਂਕਿ ਬਾਕੀ ਟੀਮਾਂ ਦੀ ਰਨ ਰੇਟ ਜਿਹੜੀ ਆ ਬਹੁਤ ਹਾਈ ਹੈਗੀ ਆ, ਅਤੇ 5 ਮੈਚ ਲਗਾਤਾਰ ਹਾਰਨ ਤੋਂ ਬਾਅਦ ਮੁੰਬਈ ਇੰਡੀਅਨ ਦੀ ਜਿਹੜੀ ਰਨ ਰੇਟ ਵੀ ਕਾਫੀ ਉਹਦੇ ਉੱਪਰ ਅਸਰ ਪਿਆ ਅਤੇ ਚਾਂਸ ਬਹੁਤ ਘੱਟ ਹੈਗੇ ਆ, ਕਿਉਂਕਿ ਨਾ ਇਸ ਵਾਰ ਉਹਨਾਂ ਦੀ ਬੋਲਿੰਗ ਕਲਿੱਕ ਕਰ ਰਹੀ ਆ ਅਤੇ ਨਾ ਹੀ ਬੈਟਿੰਗ, ਕਿਉਂਕਿ ਬੈਟਸਮੈਨ ਵੀ 6 ਬੈਟਸਮੈਨਾਂ ਦੇ ਨਾਲ ਕੋਈ ਵੀ ਟੀਮ ਜਿਹੜੀ ਆ ਉਹ ਵਿਨਿੰਗ ਕੰਬੀਨੇਸ਼ਨ ਨਹੀਂ ਬਣਾ ਪਾਉਂਦੀ। ਅਤੇ ਆਸ ਕਰਦੇ ਹਾਂ ਵੀ ਨੈਕਸਟ ਮੈਚ ਜਿਹੜੇ ਆ ਉਹਨਾਂ ਵਿੱਚ ਵਧੀਆ ਪ੍ਰਦਰਸ਼ਨ ਕਰੇ, ਕਿਉਂਕਿ ਪਲੇ ਆਫ ਦਾ ਸਫ਼ਰ ਤਾਂ ਹਜੇ ਬਹੁਤ ਲੰਬਾ ਆ, ਕਿਉਂਕਿ ਬਾਕੀ ਟੀਮਾਂ ਤਕਰੀਬਨ ਸਾਰੀਆਂ ਵਧੀਆ ਪ੍ਰਦਰਸ਼ਨ ਕਰਦੀਆਂ ਆ ਰਹੀਆਂ। ਚੇਨਈ ਸੁਪਰ ਕਿੰਗ ਨੇ ਵੀ 5 ਮੈਚਾਂ ਦੇ ਵਿੱਚ 1 ਮੈਚ ਜਿੱਤਿਆ ਹੈਗਾ। ਅਤੇ ਬਾਕੀ ਵੀਡੀਓ ਵਗੈਰਾ ਆਪਾਂ ਹੋਰ ਵੀ ਅਪਲੋਡ ਕਰਨੀਆਂ ਹੈਗੀਆਂ। ਅਤੇ ਅੱਜ ਆਪਣਾ ਹੈਗਾ ਪ੍ਰੋਗਰਾਮ, ਆਪਾਂ ਸ਼ਾਇਦ ਗੁਰਦੁਆਰਾ ਸਾਹਿਬ ਜਾਈਏ ਮੱਥਾ ਟੇਕੀਏ, ਅਤੇ ਬਾਕੀ ਆਪਾਂ ਵੀਡੀਓ ਵਗੈਰਾ ਗੁਰਦੁਆਰਾ ਸਾਹਿਬ ਜਾ ਕੇ ਵੀ ਪਾਵਾਂਗੇ। ਅਤੇ ਇੱਕ ਮੈਂ ਸਾਰਿਆਂ ਨੂੰ ਵੱਡੀ ਗੱਲ ਕਰਨੀ ਸੀ ਵੀ ਇੱਕ ਪਰਸਨ ਹੈਗੇ ਆ ਉਹਨਾਂ ਨੂੰ ਮੈਂ ਦੱਸਣੀ ਚਾਹੁੰਦਾ ਗੱਲ ਵੀ ਬਹੁਤ ਸਮਾਂ ਬਹੁਤ ਹੀ ਨਾਜ਼ੁਕ ਚੱਲ ਰਿਹਾ ਅਤੇ ਪਲੀਜ਼ ਟਰਾਈ ਟੂ ਅੰਡਰਸਟੈਂਡ। ਮੈਂ ਤੁਹਾਨੂੰ ਕੁਛ ਗੱਲਾਂ ਕਹਿਣੀਆਂ ਚਾਹੁੰਦਾ ਹਾਂ, ਉਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਕਿਉਂਕਿ ਵਾਰ ਵਾਰ ਮੌਕਾ ਜ਼ਿੰਦਗੀ ਵਾਰ ਵਾਰ ਮੌਕਾ ਨਹੀਂ ਦਿੰਦੀ। ਅਤੇ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਜਲਦੀ ਗੱਲਾਂ, ਅਤੇ ਪਲੀਜ਼ ਗੱਲਾਂ ਨੂੰ ਸਮਝਣ ਦੀ ਅਤੇ ਕੋਸ਼ਿਸ਼ ਕਰਿਓ। ਯੂ ਆਰ ਵੈਲ ਐਜੂਕੇਟਡ, ਅਤੇ ਆਸ ਕਰਦੇ ਹਾਂ ਵੀ ਤੁਸੀਂ ਮੇਰੀਆਂ ਸਾਰੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ। ਜੇ ਤਾਂ ਸਮਝ ਜਾਓਗੇ ਤਾਂ ਵੈਲ ਐਂਡ ਗੁੱਡ ਆ, ਜੇ ਨਹੀਂ ਸਮਝੋਗੇ ਤਾਂ ਫਿਰ ਤਾਂ ਇਹਦਾ ਮਤਲਬ ਇਹੀ ਹੋਏਗਾ ਬਈ ਤੁਹਾਨੂੰ ਕਿਸੇ ਦੀ ਕਈ ਗੱਲ ਦਾ ਕੋਈ ਫਰਕ ਨਹੀਂ ਪੈਂਦਾ। ਅਤੇ ਇਹੀ ਗੱਲ ਨਹੀਂ ਹੈਗੀ, ਹੋਰ ਵੀ ਜ਼ਿੰਦਗੀ ਵਿੱਚ ਲਾਈਫ ਵਿੱਚ ਕਾਫੀ ਕੁਛ ਆਉਂਦਾ ਆ ਉਤਾਰ ਚੜ੍ਹਾਅ, ਅਤੇ ਤੁਸੀਂ ਹਰੇਕ ਤਰ੍ਹਾਂ ਦੀ ਮੁਸੀਬਤ ਪ੍ਰੋਬਲਮ ਤਾਂ ਵਧੀਆ ਜ਼ਿੰਦਗੀ ਵਿੱਚ ਕਾਫੀ ਪਲ ਆਉਂਦੇ ਆ, ਸਾਰੀਆਂ ਨੂੰ ਕਿੱਦਾਂ ਸਟੈਬਲਿਸ਼ ਕਰਨਾ ਜਾਂ ਕਿੱਦਾਂ ਉਹ ਸਾਰਾ ਕੁਛ ਤਾਂ ਹੀ ਸਿੱਖੋਗੇ ਜੇ ਹੁਣ ਤੋਂ ਸ਼ੁਰੂ ਕਰੋਗੇ। ਅਤੇ ਕਾਫੀ ਗੱਲਾਂ ਹੈਗੀਆਂ ਤੁਹਾਡੇ ਨਾਲ ਡਿਸਕਸ਼ਨ ਕਰ ਲੈਣੀਆਂ, ਅਤੇ ਪਲੀਜ਼ ਮੈਨੂੰ ਟਾਈਮ ਦਿਓ ਅਤੇ ਆਪਾਂ ਸ਼ੇਅਰ ਕਰੀਏ ਅਤੇ ਆਪਾਂ ਉਸ ਗੱਲਾਂ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰੀਏ। ਥੈਂਕ ਯੂ ਸਾਰਿਆਂ ਦਾ, ਬਾਕੀ ਆਪਾਂ ਵੀਡੀਓ ਵਗੈਰਾ ਹੋਰ ਪਾਵਾਂਗੇ ਅਤੇ ਫਿਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ।